ਇੱਕ ਸਾਡੀ ਸਰਕਾਰ ਆ ਜੋ ਆਮ ਆਦਮੀ ਪਾਰਟੀ, ਉਹ ਵੀ ਬੀਜੇਪੀ ਦਾ ਸਾਥ ਦੇ ਰਹੀ ਹੈ। ਇਸ ਕਰਕੇ ਮੋਦੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਸਾਨੂੰ ਸਹੀ ਢੰਗ ਨਾਲ ਸਾਡੇ ਨਾਲ ਡੀਲ ਕਰ ਲਾ, ਸਮਝੌਤਾ ਕਰ ਲਾ, ਨਹੀਂ ਤੇਰਾ ਬਹੁਤ ਵੱਡਾ ਨੁਕਸਾਨ ਹੋ ਜੂਗਾ ਇਹਦੇ ਵਿੱਚ, ਇਹ ਬਾਰਡਰ ਬੁਰਡਰ ਅਸੀਂ ਤੋੜ ਦਾ। ਇਹ ਭਗਵੰਤ ਮਾਨ ਵੀ ਡਰਦਾ ਮੋਦੀ ਤੋਂ, ਵੀ ਪਤਾ ਹੁਣ ਕੇਜਰੀਵਾਲ ਦੀ ਈਡੀ ਦੀ ਰੇਹੜ ਮਰਵਾਈ ਸੀਗੀ, ਕੇਜਰੀਵਾਲ ਭੱਜਿਆ ਫਿਰਦਾ ਹੈਗਾ, ਉਹ ਡਰਦਾ ਵੀ ਭਗਵੰਤ ਮਾਨ ਮੈਨੂੰ ਨਾ ਖਿੱਚ ਕੇ ਅੰਦਰ ਕਰ ਦੇ। ਚਲੋ 84 ਵਾਲਾ ਹੈਗਾ, 83 ਵਾਲਾ ਅਸੀਂ ਭੁੱਲੇ ਥੋੜ੍ਹੀ ਹੈਗਾ, ਸਾਡੇ ਯਾਦ ਹੈਗਾ, ਅਸੀਂ 50 ਸਾਲਾਂ ਬਾਅਦ 100 ਸਾਲਾਂ ਬਾਅਦ ਵੀ ਪੈਰ ਕੱਢ ਸਕਦੇ। ਬਜਟ ਪੇਸ਼ ਹੋਇਆ ਹੈਗਾ, ਠੀਕ ਨਾ, ਸਾਰੇ 92 ਬੈਠੇ ਸੀ ਨਾ ਉੱਥੇ, ਇਕੱਲਾ ਭਗਵੰਤ ਮਾਨ ਭੁੱਲੀ ਗਿਆ, ਦੂਜੇ ਘੁੱਗੂ ਬਣ ਕਿੱਥੇ ਬੈਠੇ, ਉਹਨੂੰ ਗਿਆਨ ਹੀ ਨਹੀਂ ਬਈ ਯਾਰ ਮੈਂਬਰ ਜਿੱਤ ਨਾਲ ਨਹੀਂ ਸੀਗੇ ਯਾਰ। ਸ਼ੰਭੂ ਧਰਨੇ ਦੇ ਵਿੱਚ ਅਸੀਂ ਬੈਠੇ ਹਾਂ ਅਤੇ ਇੱਥੇ ਸਾਡੇ ਨਾਲ ਵੀਰ ਜੁੜੇ ਨੇ, ਉਹਨਾਂ ਨੂੰ ਪੁੱਛਦੇ ਹਾਂ ਕਿ ਧਰਨੇ ਦੇ ਵਿੱਚ ਹੁਣ ਸਥਿਤੀ ਕੀ ਆ ਅਸਲ ਮੈਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਧਰਨੇ ਦੀ ਸਥਿਤੀ ਬਹੁਤ ਵਧੀਆ ਵੀ, ਚੜ੍ਹਦੀ ਕਲਾ ਜੀ, ਬਹੁਤ ਜ਼ਿਆਦਾ ਇਕੱਠ ਆ ਜੀ, ਅੱਜ ਬੀਬੀਆਂ ਆਈਆਂ ਜੀ, ਘੱਟੋ ਘੱਟ 30-40 ਹਜ਼ਾਰ ਦਾ ਇਕੱਠ ਹੋਊਗਾ ਅੱਜ, ਤਾਂ ਪੂਰਾ ਚੜ੍ਹਦੀ ਕਲਾ ਹੈਗਾ। ਅਤੇ ਮੋਦੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂਗੇ ਵੀ ਇਹ ਪੰਜਾਬ ਹੈ, ਇਹ ਮੋਦੀ ਤੋਂ ਡਰਨ ਵਾਲਾ ਹੈ ਨਹੀਂ ਗਾ, ਇਹ ਸਾਨੂੰ ਸਾਡੇ ਆਗੂਆਂ ਨੇ ਰੋਕਿਆ ਹੋਇਆ ਹੈਗਾ, ਬਾਰਡਰ ਤਾਂ ਅਸੀਂ ਤੋੜ ਸਕਦੇ ਹਾਂਗੇ। ਅਤੇ ਇੱਕ ਸਾਡੀ ਸਰਕਾਰ ਆ ਜੋ ਆਮ ਆਦਮੀ ਪਾਰਟੀ, ਉਹ ਵੀ ਬੀਜੇਪੀ ਦਾ ਸਾਥ ਦੇ ਰਹੀ ਹੈਗੀ, ਜੋ ਸ਼ੁਭਕਰਮ ਦੀ ਉੱਤੇ ਗੋਲੀ ਚੱਲੀ ਹੈਗੀ ਉਹ ਸਾਡੇ ਪੰਜਾਬ ਦੇ ਵਿੱਚ ਆ ਕੇ ਚੱਲੀ ਹੈਗੀ। ਇਹ ਜਿਹੜਾ ਉਹ ਬਾਰਡਰ ਲੱਗਿਆ ਹੈਗਾ ਨਾ, ਇਹ ਪੰਜਾਬ ਦੀ ਹੱਦ 'ਚ ਹੈਗਾ, ਬਾਰਡਰ ਹਰਿਆਣੇ ਦਾ 1 ਕਿਲੋਮੀਟਰ ਪਿੱਛੇ ਬਣਦਾ ਹੈਗਾ। ਅਤੇ ਭਗਵੰਤ ਮਾਨ ਵੀ ਡਰਦਾ ਮੋਦੀ ਤੋਂ, ਵੀ ਪਤਾ ਹੁਣ ਕੇਜਰੀਵਾਲ ਦੀ ਈਡੀ ਦੀ ਰੇਹੜ ਮਰਵਾਈ ਸੀਗੀ, ਕੇਜਰੀਵਾਲ ਭੱਜਿਆ ਫਿਰਦਾ ਹੈਗਾ, ਉਹ ਡਰਦਾ ਵੀ ਭਗਵੰਤ ਮਾਨ ਮੈਨੂੰ ਨਾ ਖਿੱਚ ਕੇ ਅੰਦਰ ਕਰਦੇ। ਉਹ ਮੋਦੀ ਆ ਜੋ ਤਾਨਾ ਸਾਹਿਬ ਹੋਇਆ ਪਿਆ ਮੋਦੀ, ਵੀ ਜੋ ਵੀ ਉਹਦੇ ਵਿਰੁੱਧ ਬੋਲਦਾ ਉਹਨੂੰ ਚੱਕ ਕੇ ਅੰਦਰ ਕਰ ਦਿੰਦਾ ਹੈਗਾ, ਨਾ ਤਾਂ ਉਹਦੇ ਜੱਜ ਬੋਲੇ ਮੂਹਰੇ ਕੋਈ, ਨਾ ਕੋਈ ਵਕੀਲ ਬੋਲੇ, ਕੋਈ ਨਹੀਂ ਬੋਲਦਾ। ਪਹਿਲਾਂ ਉਹਨਾਂ ਨੇ ਮੁਸਲਮਾਨ ਦਬਾਏ, ਹੁਣ ਸਿੱਖਾਂ ਦੀ ਵਾਰੀ ਹੈ, ਸਿੱਖਾਂ ਨੂੰ ਦਬਾ ਰਿਹਾ ਉਹ ਇੱਕ ਤਰ੍ਹਾਂ ਦਾ, ਉਹ ਦੱਸ ਰਿਹਾ ਸਿੱਖਾਂ ਨੂੰ ਵੀ ਅਸੀਂ ਉੱਥੋਂ ਲੈਣਾ ਕੁਛ ਨਹੀਂ ਗਾ, ਕਿੱਲ ਲਾਇਆ ਗਏ ਗੋਲੀਆਂ, ਵੀ ਇਹ ਦੇਸ਼ ਸਾਡਾ ਵੀ ਦੇਸ਼ ਉਨਾ ਹੀ ਦੇਸ਼ ਹੈਗਾ ਜਿੰਨਾ ਦੂਜਿਆਂ ਧਰਮਾਂ ਦਾ ਹੈਗਾ, ਹਿੰਦੂ ਧਰਮ ਦਾ, ਮੁਸਲਮਾਨ ਧਰਮ ਦਾ, ਸਾਰਿਆਂ ਦਾ ਬਰਾਬਰ ਧਰਮ ਦੇਸ਼ ਆ ਜਾ ਰਿਹਾ। ਇਹ ਹੁਣ ਸੋਚ ਰਿਹਾ ਹਿੰਦੂ ਰਾਸ਼ਟਰ ਬਾਰੇ, ਜਦੋਂ ਆਪਾਂ ਕੋਈ ਬਿਆਨ ਸੁਣਦੀ ਇਹਨਾਂ ਦੇ MLA ਦੇ ਸੁਣ ਲਏ ਜਾਂ ਹੋਰ ਕਿਸੇ ਥੱਲੇ, ਜਦੋਂ ਰਾਜਸਥਾਨ ਦੇ ਵਿੱਚ ਇਲੈਕਸ਼ਨ ਹੋਇਆ ਹੁਣ, ਉਹ ਬਾਬਾ ਬਾਲਕ ਨਾਥ ਦਾ MLA ਹੋਇਆ ਖੜਾ, ਉਹਨੇ ਸਰੇਆਮ ਕਿਹਾ ਹੈਗਾ ਵੀ ਮੁਸਲਮਾਨ ਦੇ ਮਸਜਿਦਾਂ ਦੇ ਗੁਰਦੁਆਰੇ ਨਸੂਰ ਬਣ ਗਏ, ਇਹਨਾਂ ਨੂੰ ਢਾਉਣੇ ਚਾਹੀਦਾ ਹੈਗਾ। 5 ਗੁਰਦੁਆਰੇ ਸਾਡੇ ਢਾਈ ਦਿੱਤੇ, ਅਤੇ ਆ ਹਜ਼ੂਰ ਸਾਹਿਬ ਦੇ ਦੇਖ ਲਓ, ਹਜ਼ੂਰ ਸਾਹਿਬ 'ਚ 14-ਮੈਂਬਰੀ ਕਮੇਟੀ ਬਣਾਈ ਹੈ, 5-12 ਮੈਂਬਰ ਇਹਨਾਂ ਦੇ ਬਣਾ ਦਿੱਤੇ ਸਰਕਾਰ ਦੇ, ਦੂਜੇ ਧਰਮ ਨਾਲ ਲਿੰਕ ਕਰਦੇ। ਹੁਣ ਸਾਡੇ ਸਿੱਖ ਧਰਮ 'ਚ ਕੀ ਕਰਨਗੇ ਉਹ, ਜੇ ਹੁਣ ਸਾਡਾ ਗੁਰਦੁਆਰਾ ਹੈਗਾ ਸਿੱਖ ਧਰਮ ਵੀ ਉੱਥੇ ਕਮੇਟੀ 'ਚ ਬਣ ਸਕਦੇ ਨਾ, ਉਹਨਾਂ ਨੇ ਦੂਜੇ ਧਰਮ ਦੇ ਬਣਾ ਦਿੱਤੇ। ਇਸ ਕਰਕੇ ਮੋਦੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂਗੇ ਵੀ ਸਾਨੂੰ ਸਹੀ ਢੰਗ ਨਾਲ ਸਾਡੇ ਨਾਲ ਡੀਲ ਕਰ ਲਾ, ਸਮਝੌਤਾ ਕਰ ਲਾ, ਨਹੀਂ ਤੇਰਾ ਬਹੁਤ ਵੱਡਾ ਨੁਕਸਾਨ ਹੋ ਜੂਗਾ ਇਹਦੇ ਵਿੱਚ, ਇਹ ਬਾਰਡਰ ਬੁਰਡਰ ਅਸੀਂ ਤੋੜ ਦੇਵਾਂਗੇ। ਰਹੀ ਗੱਲ ਸਾਡੇ ਝਾੜੂ ਵਾਲਿਆਂ ਦੀ, ਭਗਵੰਤ ਮਾਨ ਦੀ, ਜੇ 2020 ਦੇ ਵਿੱਚ ਦਿੱਲੀ ਮੋਰਚਾ ਲੱਗਿਆ ਸੀਗਾ, ਉੱਥੇ ਇਹਨਾਂ ਨੇ ਵੋਟਾਂ ਲੈਣ ਦੇ ਮਾਰਿਆ ਨੇ, ਉਦੋਂ ਬਾਅਦ ਇਲੈਕਸ਼ਨ ਹੋਣੇ ਸੀਗੇ, ਅਤੇ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਦਿੱਤੀ ਸੀਗੀ, ਪਾਣੀ ਦੀ ਅਤੇ ਲੈਟਰਿੰਗਾਂ ਜੋ ਬਣੀਆਂ ਹੁੰਦੀਆਂ ਲੈਟਰਿੰਗਾਂ ਉਹ ਲਿਆ ਕੇ ਖੜੀਆਂ ਕਰਤੀਆਂ ਸੀਗੀਆਂ, ਐਂਬੂਲੈਂਸਾਂ, ਇਹਨਾਂ ਦੇ ਜਿਹੜੇ MLA ਆ ਹੁਣ ਜਿੱਤੇ ਹੈਗੇ ਉਦੋਂ ਉੱਥੇ ਲੰਗਰ ਦੀ ਸੇਵਾ ਕਰਦੇ ਰਹੇ ਹੈਗੇ, ਹੁਣ 92 MLA ਇਹਨਾਂ ਦੇ, ਅਤੇ ਇੱਕ ਵੀ ਨਹੀਂ ਇੱਥੇ ਆ ਕੇ ਖੜਿਆ ਬਈ ਯਾਰ, ਨਾ ਕਿਸੇ ਦਾ ਬਿਆਨ ਹੈ, ਇਹ ਸਾਰੇ ਘੁੱਗੂ ਹੈ, ਮਿੱਟੂ ਦੇ ਘੁੱਗੂ ਬਣਾ ਰੱਖੇ ਇਹਨਾਂ ਨੇ। ਅਤੇ ਹੁਣ ਮੈਂ ਤਾਂ ਕਹਿਣਾ ਵੀ ਅੱਜ ਹੁਣ ਇਲੈਕਸ਼ਨ ਆ ਰਹੀਆਂ ਹੀ ਆ 16 ਅਪ੍ਰੈਲ ਨੂੰ ਰਾਜ ਸਭਾ ਦੀਆਂ, ਲੋਕ ਸਭਾ ਦੀਆਂ, ਅਤੇ ਇਹੀ ਲੋਕਾਂ ਨੂੰ ਅਪੀਲ ਕਰਨਾ ਹੈਗਾ ਵੀ ਇਹਨਾਂ ਤੋਂ ਖਹਿੜਾ ਛਡਾ ਲਓ, ਜੋ ਵੀ ਪੰਜਾਬ ਦੀ ਪਾਰਟੀ ਹੈ, ਪੰਜਾਬ ਦੀ ਪਾਰਟੀ 'ਚ ਕੋਈ ਵੀ ਮਰਜ਼ੀ ਬਣਾ ਲਓ ਜੋ ਪੰਜਾਬ ਦੀ ਗੱਲ ਕਰਦਾ ਹੈਗਾ, ਜਿਹੜੀ ਸੈਂਟਰ ਨਾਲ ਚੱਲਦੀ ਹੈਗੀ, ਜਿਵੇਂ ਕਾਂਗਰਸ ਹੋ ਗਈ ਜਾਂ ਅਕਾਲੀ ਹੋ ਗਏ, ਬੀਜੇਪੀ ਨਾਲ ਗੱਠਜੋੜ ਕਰ ਲੈਂਦੇ ਹੈਗੇ, ਝਾੜੂ ਵਾਲੇ ਹੋ ਗਏ, ਇਹ ਸੈਂਟਰ ਤੋਂ ਚੱਲਦੇ ਆ,
ਇਹਨਾਂ ਨੇ ਪੂਰਾ ਕੀ ਕਰਨਾ ਹੈਗਾ ਨਾ, ਜੋ ਘੱਟ ਗਿਣਤੀਆਂ ਹੈਗੀਆਂ ਉਹਨਾਂ ਦੇ ਖਿਲਾਫ਼ ਤਾਂ ਇਹਨਾਂ ਨੇ ਬਿਆਨ ਦੇ ਨਹੀਂ ਦੇਣਾ ਹੈਗਾ, ਕਿਉਂਕਿ ਇਹਨਾਂ ਨੇ ਜੇ ਘੱਟ ਗਿਣਤੀ ਦੇ ਖਿਲਾਫ਼ ਬਿਆਨ ਦੇਣਗੇ ਤਾਂ ਫਿਰ ਵੱਧ ਗਿਣਤੀ ਵਾਲੇ ਖੁਸ਼ ਹੋਣਗੇ, ਪੂਰੇ ਦੇਸ਼ 'ਚ ਖੁਸ਼ ਹੋਣਗੇ, ਕਿਉਂਕਿ ਇਹਨਾਂ ਨੇ ਪੂਰੇ ਦੇਸ਼ 'ਚ ਵੋਟਾਂ ਲੈਣੀਆਂ ਨਾ, ਤਾਂ ਇਹ ਘੱਟ ਗਿਣਤੀਆਂ ਦੇ ਵੱਧ ਖਿਲਾਫ਼ ਵੱਧ ਬਿਆਨ ਦਿੰਦੇ ਹੈਗੇ। ਇਹ ਹੁਣ ਆਪਣੇ ਪੰਜਾਬ ਵਾਲੀ ਲਾ ਲਾ, ਨਵਨੀਤ ਬਿੱਟੂ ਲਾ ਲਾ, ਜਾਂ ਹੋਰ ਦੋ ਤਿੰਨ ਹੈਗੇ ਬਿਆਨ ਤੇ ਬੱਚੋ ਦਾ ਮੁੰਡਾ, ਉਹ ਵੀ ਸਿੱਖਾਂ ਦੇ ਖਿਲਾਫ਼ ਬੋਲਦਾ, ਕਿਉਂਕਿ ਉਹ ਸੈਂਟਰ ਦੀ ਸਰਕਾਰ ਹੈ, ਜੇ ਉਹ ਸਿੱਖਾਂ ਦੇ ਖਿਲਾਫ਼ ਬੋਲੂਗਾ ਫਿਰ ਹੀ ਉਹਨਾਂ ਨੂੰ ਸੈਂਟਰ 'ਤੇ ਫਾਇਦਾ ਹੋਊਗਾ, ਪੂਰੇ ਦੇਸ਼ 'ਚ ਫਾਇਦਾ ਹੋਊਗਾ। ਅਤੇ ਮੈਂ ਤਾਂ ਕਹਿਣਾ ਹੈਗਾ ਵੀ ਪੰਜਾਬ ਦੀ ਪਾਰਟੀ ਜੁੜੋ, ਜਿਹੜੀ ਪੰਜਾਬ ਹੋਰ ਜਿਹੜਾ ਪੰਜਾਬ ਦਾ ਪ੍ਰਧਾਨ ਬਣਾਇਆ ਭਾਜਪਾ ਦਾ ਸੁਨੀਲ ਜਾਖੜ, ਉਹ ਵੀ ਕਹਿ ਰਿਹਾ ਵੀ ਇੰਨੀਆਂ ਫਸਲਾਂ 'ਤੇ MSP ਦੀ ਲੋੜ ਨਹੀਂ, 5 ਫਸਲਾਂ ਦੱਸ ਦਿਉ ਮੈਂ MSP ਦੇ ਦਿੰਦਾ, ਮੈਂ ਗੱਲ ਕਰ ਲੈਂਦਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਉਹ ਯਾਰ ਡਰਾਮੇ ਕਰਦਾ ਉਹ ਯਾਰ, ਉਹਨੂੰ ਕਦੇ ਵੀ ਜਿਹੜਾ ਸਾਡਾ ਮੁੰਡਾ ਨੌਜਵਾਨ ਸ਼ਹੀਦ ਹੋਇਆ ਗਾ ਗੋਲੀ ਵੱਜੇਗੀ, ਤੂੰ ਉੱਥੇ ਮੋਦੀ ਨਾਲ ਗੱਲ ਕਰਨਾ ਵੀ ਇਹ ਤੂੰ ਕੀ ਕਰਦਾ ਗਾ, ਇਹ ਖੱਟਰ ਨਾਲ ਗੱਲ ਕਰੇ ਜਾ ਕੇ, ਉਹ ਜਾ ਕੇ ਚੰਡੀਗੜ੍ਹ ਬੈਠੇ ਧਰਨਾ ਲਾਈ ਬੈਠਾ, ਇੱਕ ਭਗਵਾਨ ਤੁਹਾਨੂੰ ਘਿਰੀ ਬੈਠਾ ਹੈਗਾ ਵੀ ਤੁਸੀਂ ਇੱਥੇ ਆ ਕੇ ਗੱਲ ਕਰੋ ਖੱਟਰ ਨਾਲ, ਕਰੋ ਹਰਿਆਣੇ ਦੇ ਮੁੱਖ ਮੰਤਰੀ ਨਾਲ ਵੀ ਤੂੰ ਇਹ ਪੰਜਾਬ 'ਚ ਆ ਕੇ ਗੋਲੀਆਂ ਚਲਾਉਣਾ ਹੈਗਾ, ਅਤੇ ਉਹ MSP ਦਾ ਚੱਲ ਬਾਅਦ ਦੀ ਗੱਲ ਆ ਯਾਰ, ਆਹ ਤਾਂ ਨਜਾਇਜ਼ ਧੱਕਾ ਹੋ ਰਿਹਾ ਨਾ, ਇਹ ਕਿਸੇ ਕਾਨੂੰਨ 'ਚ ਨਹੀਂ ਲਿਖਿਆ ਵੀ ਕੋਈ ਸ਼ਾਂਤਮਈ ਧਰਨਾ ਲਾ ਰਿਹਾ ਹੈਗਾ ਤੁਸੀਂ ਸਿੱਧੀਆਂ ਗੋਲੀਆਂ ਚਲਾ ਦਿਓ, ਇਹ ਤਾਂ ਸਾਨੂੰ ਅੱਡ ਹੋਣ ਵਾਲੀ ਗੱਲ ਕਰਦੇ ਨਾ ਵੀ ਅੱਡ ਹੋ ਜਾਓ ਤੁਸੀਂ, ਸਰੇਆਮ ਕਰ ਰਹੇ ਨਾ ਇਹ ਸਾਰੇ ਭੱਬੀ ਝਾੜੂ ਵਾਲੇ ਹੋ ਗਏ BJP, ਇਹ ਸਾਰੇ ਡਰਾਮੇ ਕਰਦੇ ਵੀ ਉੱਥੇ ਬੈਠਣ ਦਾ ਉਹਨਾਂ ਦਾ ਹੱਕ ਨਹੀਂ ਸਿੰਘ ਜਾਖੜ ਦਾ, ਤੂੰ ਗੱਲ ਕਰਨੀ ਸਿੱਧੀ ਇੱਥੇ ਆ। ਜਿਹੜੇ 5 ਮਿੰਟ 'ਚ MSP ਵਾਲੀ ਸਰ ਉਹ BBC ਸੀ ਉਹ ਆਈ ਮੁੜ ਕੇ, ਉਹ ਯਾਰ ਬਾਈ ਉਹਦਾ ਉਹ ਜਿਵੇਂ ਉਹ ਨਹੀਂ ਨਾ ਅੰਮ੍ਰਿਤ ਸਾਨੀ ਡਰਾਮਾ ਜਾਂ ਨਹੀਂ ਕਿਤੇ 15 ਲੱਖ ਮਿਲ ਜੂ, 15 ਲੱਖ ਬਾਅਦ 'ਚ ਕਹਿੰਦਾ ਵੀ ਇਹਦਾ ਜੁਮਲਾ ਹੈਗਾ, ਉਹੀ ਇਹ ਜੁਮਲੇ ਸਿੱਖੇ ਹੋਏ ਹੈਗੇ। 5 ਮਿੰਟ ਵਾਲੇ 5 ਮਿੰਟ ਵਾਲੇ ਤਾਂ ਹੁਣ ਬੋਲਦੀ ਨਹੀਂ, 5 ਮਿੰਟ ਮੋਲ ਕਾਇਮ ਬਣਦਾ ਨਾ, ਇੱਥੇ ਧਰਨੇ 'ਤੇ ਆਈਏ ਕਿਤੇ ਉਹ। ਇੱਕ ਪੱਤਰਕਾਰ ਨੇ ਸਵਾਲ ਵੀ ਪੁੱਛਿਆ ਵੀ 5 ਮਿੰਟ 'ਚ MC ਮਿਲੂ, ਕਹਿੰਦੀ ਨਹੀਂ ਜੀ ਹੁਣ ਤਾਂ ਵਿਕਾਸ ਦੀ ਗੱਲ ਕਰੋ, ਉਹਦਾ ਜਵਾਬ ਹੀ ਨਹੀਂ ਦੇ ਰਹੀ ਹੁਣ MSP ਵਾਲਾ MSP ਵਾਲਾ, ਇਹ ਸਾਰੇ ਘੁੱਗੂ ਆ ਬਈ। ਇਹ ਜਿਹੜਾ ਆਪਣੇ ਪੰਜਾਬ ਹੁਣ ਬਜਟ ਪੇਸ਼ ਹੋਇਆ ਹੈਗਾ, ਠੀਕ ਨਾ, ਸਾਰੇ 92 ਬੈਠੇ ਸੀ ਨਾ ਉੱਥੇ, ਇਕੱਲਾ ਭਗਵੰਤ ਮਾਨ ਬੋਲੀ ਗਿਆ, ਦੂਜੇ ਘੁੱਗੂ ਬਣ ਕਿੱਥੇ ਬੈਠੇ, ਉਹਨੂੰ ਗਿਆਨ ਹੀ ਨਹੀਂ ਬਈ ਯਾਰ, ਮੈਂਬਰ ਜਿੱਤਣ ਵਾਲੇ ਨਹੀਂ ਸੀਗੇ ਯਾਰ ਇਹ, ਉਹਦਾ ਲੋਕਾਂ ਨੇ ਬਦਲਾਅ ਕਰਤਾ ਵੀ ਚੱਲ ਅਕਾਲੀ ਕਾਂਗਰਸ ਤੋਂ ਖਿਹੜਾ ਛੱਡ ਦਿਆਂਗੇ, ਅਤੇ ਇੱਕ ਭਗਵੰਤ ਮਾਨ ਦੇ ਕਰਕੇ ਵੋਟਾਂ ਪਾਤੀਆਂ। ਜਿਹੜੇ MLA ਆ ਉਹਨਾਂ ਨੂੰ ਕੋਈ ਰਾਜਨੀਤੀ ਦੀ ਨੌਲੇਜ ਨਹੀਂ, ਸਮਝ ਨਹੀਂ, ਉਹ ਤਾਂ ਹਰੇਕ ਨੂੰ ਪੁੱਠਾ ਬੋਲਦੇ, ਹੁਣ ਦੇਖ ਕਿੰਨੀਆਂ ਪੀੜ੍ਹੀਆਂ ਦੇਖੀ ਹੋਊ ਤੂੰ, ਪੱਤਰਕਾਰ ਮਗਰਾਂ ਪੈ ਜਾਂਦੇ ਹੈਗੇ, ਉਹ ਮੈਸੇਜ ਕਰਨੇ ਅਲੱਗ ਆ, ਉਹ ਜੇ ਕੋਈ ਉਹਦਾ ਸਵਾਲ ਪਾਉਂਦਾ ਤਾਂ ਮੋਬਾਈਲ ਹੀ ਖੋਲ ਲੈਂਦਾ ਹੈਗਾ, ਇਹ ਹੰਕਾਰ ਗਏ ਬਈ ਯਾਰ ਇਹ। ਪੰਜਾਬੀ ਜੇ ਚੜਾਉਂਦੇ ਨੇ ਤਾਂ ਸਿਰੇ ਹੀ ਲਾ ਆਉਂਦੇ ਨੇ, ਨਹੀਂ ਬੰਦੇ ਨੂੰ ਲਾ ਕੇ ਲਾ ਦਿੰਦੇ ਬਈ, ਹੁਣ ਇਹ ਚੜਾ ਲੈ, ਹੁਣ ਦੇਖੋ ਕੀ ਹੁਣ ਸਿੱਟਣਗੇ। ਪੰਜਾਬੀ ਪਹਿਲਾਂ ਤਾਂ ਸਿਰੇ ਟੰਬੇ ਤੇ ਚੜਾ ਆਉਂਦੇ ਹੈਗੇ, ਫਿਰ ਸਾਨੂੰ ਪੌੜੀ ਖਿੱਚ ਲੈਂਦੇ ਹੈਗੇ, ਉਹ ਕੰਮ ਕਰਨਗੇ, ਹੁਣ 16 ਅਪ੍ਰੈਲ ਨੂੰ ਵੋਟਾਂ ਪੈਣੀਆਂ ਹੈਗੀਆਂ, ਹੁਣ ਇਹਨਾਂ ਦਾ ਪਤਾ ਲੱਗ ਜੂ। ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਹੈਗਾ ਵੀ ਤੁਸੀਂ ਯਾਰ ਵੋਟ ਪਾਉਣੀ ਹੈ ਨਾ, ਸੋਚ ਸਮਝ ਕੇ ਪਾਇਆ ਕਰੋ, ਇਹ ਗੱਲਾਂ ਜਿਹੜੇ ਗੱਲਾਂ ਵੱਧ ਮਾਰਦੇ ਨਾ ਉਹਨਾਂ ਦੇ ਤਿਲਾਂ 'ਚ ਤੇਲ ਨਹੀਂ ਹੁੰਦਾ, ਉਹ ਨਹੀਂ ਹੁੰਦਾ ਗੱਲਾਂ 'ਚ ਉਹ ਦਮ ਨਹੀਂ ਹੁੰਦਾ ਹੈਗਾ। ਨਹੀਂ ਇੱਕ ਹੋਰ ਵੀ ਹੈ ਜਿਹੜਾ ਪੰਜਾਬ ਨਾਲ ਮੱਥਾ ਲਾਉਂਦਾ ਹੈ, ਉਹ ਮਰਦਾ ਹੀ ਮਰਦਾ ਹੈ। ਪਹਿਲਾਂ ਇੱਕ ਗਵਰਨਰ ਨੇ ਵੀ ਕਿਹਾ ਸੀ ਵੀ ਪੰਜਾਬੀਆਂ ਨਾਲ ਮੱਥਾ ਜਿਹੜਾ ਵੀ ਲਾਉਂਦਾ ਹੈ ਪੰਜਾਬੀ ਚਾਹੇ 100 ਸਾਲ ਬਾਅਦ ਵੀ ਲੱਭ ਕੇ ਮਾਰ ਦਿੰਦੇ ਨੇ। ਇਹ ਸੱਚੀ ਗੱਲ ਆ ਬਈ ਯਾਰ, ਇਹ ਸੱਚੀ ਗੱਲ ਹੈ। ਪੰਜਾਬੀ ਯਾਰ ਕੋਈ ਵੀ ਪੰਜਾਬੀ ਹੈਗਾ, ਚਾਹੇ ਮੋਨਾ ਹੈ ਜਾਂ ਸਿੱਖ ਹੈਗਾ, ਉਹਦੇ ਦਿਲ 'ਚ ਹੁਣ 84 ਵਾਲਾ ਹੈਗਾ, 83 ਵਾਲਾ ਅਸੀਂ ਭੁੱਲੇ ਥੋੜ੍ਹੀ ਹੈਗਾ, ਸਾਡੇ ਯਾਦ ਹੈਗਾ, ਅਸੀਂ 50 ਸਾਲਾਂ ਬਾਅਦ 100 ਸਾਲਾਂ ਬਾਅਦ ਵੀ ਵੈਰ ਕੱਢ ਸਕਦੇ ਹੈਗੇ, ਸਾਡੇ ਜਾਣਕ ਗੈਰਤ ਇੰਨੀ ਹੈਗੀ ਹੈਗੀ, ਅਸੀਂ ਮਰੇ ਨਹੀਂ ਗੇ, ਅਸੀਂ ਜਾਗਦੀ ਜ਼ਮੀਰ ਵਾਲੇ ਹੈਗੇ। ਇਹ ਹੁਣ ਤੁਸੀਂ ਦੇਖੋ ਦਿੱਲੀ ਦੇ ਵਿੱਚ ਪੱਤਰਕਾਰ ਸਵਾਲ ਜਵਾਬ ਪੁੱਛਦੇ ਨਾ, ਹਰੇਕ ਦੇ ਮੈਂ ਲੱਗਦਾ ਇਹਦਾ ਖਾਸ ਤਾਂ ਨਹੀਂ ਹੈ ਜੀ, ਇਹਦਾ ਖਾਸ ਤਾਂ ਨਹੀਂ ਹੈ ਜੀ ਵੀ ਇਕੱਲੀ ਪੰਜਾਬ ਨੂੰ MSP ਚਾਹੀਦੀ ਹੈਗੀ। ਬਈ ਜਦੋਂ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਦਵਾਈ ਹੈ ਉਦੋਂ ਵੀ ਪੰਜਾਬ ਹੀ ਉੱਠਿਆ ਸੀ ਨਾ, ਉਹ ਤਾਂ ਕਿਸੇ ਨੇ ਕਹਿਣ ਵੀ ਪੰਜਾਬ ਨੂੰ ਕੀ ਲੋੜ ਹੈਗੀ,
ਜਦੋਂ ਮੁਗਲਾਂ ਤੋਂ ਤਹਿਜ਼ੀਬ ਉਹ ਕੀਤਾ ਹੈਗਾ, ਇਹਨਾਂ ਨੂੰ ਬਚਾਇਆ ਹੈਗਾ, ਉਹਦਾ ਕਿਸੇ ਨੇ ਕਿਹਾ ਨੀਗਾ ਵੀ ਇਹ ਪੰਜਾਬ ਹੀ ਕਿਉਂ ਮੂਹਰੇ ਉੱਠਦਾ ਹੈਗਾ। ਤੇ ਕੋਈ ਵੀ ਅੰਦੋਲਨ ਹੁੰਦਾ ਵੀ ਯਾਰ ਪੰਜਾਬ ਹੀ ਮੂਹਰੇ ਉੱਠੂਗਾ, ਕਹਿੰਦੇ ਜਾਗਦੇ ਜ਼ਮੀਰ ਵਾਲੇ ਆ ਗਏ, ਇਹ ਅਣਖੀ ਲੋਕ ਆ ਗਏ, ਇਹ ਚੀਜ਼ ਭੁੱਲਦੇ ਨੀ ਗੇ ਇਹ, ਭਾਵੇਂ 100 ਸਾਲ ਹੋ ਜਾਏ। ਜੇ ਤਾਂ ਕਿਤੇ ਬਾਰਡਰਾਂ ਤੇ ਮਰਨਾ ਫਿਰ ਪੰਜਾਬੀ, ਹਾਂ ਉਦੋਂ ਉਦੋਂ ਕਹਿੰਦੇ ਇਹ ਪੰਜਾਬੀ ਆ ਗਏ, ਪੰਜਾਬੀ ਉਦੋਂ ਪੰਪ ਵੀ ਮਾਰਦੇ ਇਹ, ਰਾਜਨਾਥ ਨੀ ਦੇਖਿਆ ਉੱਥੇ ਬਾਰਡਰ ਤੇ ਤੁਸੀਂ ਜਕਾਰਾ ਲਾਓ ਜੀ, ਇਹ ਪੰਪ ਵੀ ਮਾਰਦੇ ਹੈਗੇ। ਜਦੋਂ ਕੋਈ ਚੀਜ਼ ਮੰਗਣੀ ਹੈਗੀ ਉਹਦੇ ਖਾਸ ਤਾਂ ਨਹੀਂ ਵੱਖਵਾਦ ਦੀ, ਇਹ ਦੂਰੀ ਨਾਲ ਰਾਜਨੀਤੀ ਇਹ ਕਰਦੇ ਆ ਬੀਜੇਪੀ ਵਾਲੇ, ਤੇ ਇਹ ਹੁਣ ਪੰਜਾਬ ਨਾਲ ਮੱਥਾ ਲਾਇਆ ਇਹਨਾਂ ਨੇ, ਪੰਜਾਬ ਪਿੱਛੇ ਨਹੀਂ ਹਟਦਾ। ਤੇ ਆਪਣੇ ਜਿਹੜੇ ਪ੍ਰਧਾਨ ਨੇ, ਕੁਛ ਕੁ ਪ੍ਰਧਾਨ ਪਹੁੰਚੇ ਨੇ ਜਥੇਬੰਦੀਆਂ, ਬਾਕੀ ਜਿਹੜੇ ਨੌਜਵਾਨ ਆਏ ਨੇ ਉਹ ਆਪ ਮਹਾਰੇ ਆਏ ਨੇ ਪ੍ਰਧਾਨਾਂ ਨੂੰ ਪਿੱਛੇ ਛੱਡ ਕੇ ਵੀ ਅਸੀਂ ਜਾਣਾ, ਤੁਸੀਂ ਪ੍ਰਧਾਨਾਂ ਨੂੰ ਵੀ ਰਿਕੁਐਸਟ ਕਰੋ। ਬਈ ਪ੍ਰਧਾਨਾਂ ਨੂੰ ਰਿਕੁਐਸਟ ਕਰ ਲਈਏ, ਜਿਹੜੇ ਹੁਣ 22 ਜਥੇਬੰਦੀਆਂ ਜਾਂ ਹੋਰ ਦੂਜੀਆਂ ਹੈਗੀਆਂ, ਉਹ ਹਰਿਆਣੇ ਦਾ ਪੱਤਰਕਾਰ ਨਹੀਂ ਪੂਨੀਆ, ਸੁਣੀ ਉਹ ਤੁਸੀਂ, ਉਹਨੇ ਸਰੇਆਮ ਇੰਟਰਵਿਊ 'ਚ ਕਿਹਾ ਹੈਗਾ, ਉਹ ਰਤਨ ਧਾਲੀਵਾਲ ਨਾਲ ਸਾਰਾ ਇੰਟਰਵਿਊ ਕੀਤੀ ਸੀ ਉਹਦੀ, ਰਤਨ ਧਾਲੀਵਾਲ ਸੀ ਜਿਹੜਾ, ਉਹਨੇ ਸਰੇਆਮ ਕਿਹਾ ਹੈਗਾ, ਕਿਤਾਬ ਲਿਖੀ ਉਹਨੇ, 3 ਪ੍ਰਧਾਨਾਂ ਦੇ ਨਾਂ ਲਿਖੇ ਉਹਨੇ, ਰਾਜਣਾ ਅਤੇ ਬੂਟਾ ਬੁਰਜਗਿੱਲ ਅਤੇ ਇੱਕ ਹੋਰ ਸੀਗਾ, ਕਿਤਾਬ ਦੇ ਨਾਂ ਲਿਖੇ ਉਹਨਾਂ ਨੇ, ਅਤੇ 22 ਜਥੇਬੰਦੀਆਂ ਸੀਗੀਆਂ ਜਿਹਨਾਂ ਨੇ ਸਾਈਨ ਕੀਤੇ ਸੀਗੇ, ਇੱਕ ਰਾਜਨ ਸੀ ਰਾਓ, ਰਾਜਨ ਸੀ ਨਾ, ਉਹ ਪੂਰੀ ਦੇਸ਼ 'ਚ ਨਾ ਜੋ ਵੀ ਕੁਛ ਕਰਾਉਣਾ ਹੁੰਦਾ ਉਹਨੇ, ਇਹ ਜਿਹੜੀਆਂ ਹੁਣ ਸਰਕਾਰਾਂ ਉਹਨਾਂ ਦੇ ਪਿੱਛੇ ਚੱਲਦੀਆਂ ਇਹ, ਸਰਕਾਰਾਂ ਵੀ ਉਹਨਾਂ ਤੋਂ ਡਰਦੀਆਂ ਹੀ ਆ ਏਜੰਸੀਆਂ ਤੋਂ, ਜਦੋਂ ਕੋਈ ਵੀ ਆਪਾਂ ਭਾਸ਼ਣ ਦਿੰਦਾ ਕੋਈ ਜਾਂ ਹੋਰ ਹੁੰਦਾ ਹੈਗਾ, ਦੰਗੇ ਕਰਾਉਣੇ ਹੈਗੇ, ਉਹ ਲਿਖ ਕੇ ਚੀਜ਼ਾਂ ਦਿੰਦੇ ਹੈਗੇ ਵੀ ਆਹ ਤੁਸੀਂ ਦੰਗੇ ਕਰਾਓ ਜਾਂ ਆਹ ਬੰਦਾ ਤੁਸੀਂ ਮਾਰਨਾ ਹੈਗਾ, ਜਿਵੇਂ ਦੀਪ ਸਿੱਧੂ ਸੀਗਾ ਜਾਂ ਸਿੱਧੂ ਮੂਸੇਵਾਲਾ ਸੀਗਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੀ ਗੱਲ ਕਰਦੇ ਇਹ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੈਗੇ, ਇਹ ਏਜੰਸੀਆਂ ਦੇ ਕੰਮ ਆਉਂਦੇ ਉਹਦੀ ਮਰਵਾ ਆਉਂਦੇ ਇਹ। ਉਹ ਕਿਤਾਬ ਲਿਖਦੀ ਫਲੈਟ, ਉਹਨੇ ਫਲੈਟ ਵੀ ਦੱਸਿਆ ਹੈਗਾ ਵੀ ਆਹ ਫਲੈਟ 'ਤੇ ਮੀਟਿੰਗਾਂ ਕਰਦੇ ਰਹੇ ਨੇ, ਟਾਈਮ ਵੀ ਦੱਸਿਆ ਹੈਗਾ, ਉਹ ਫਲੈਟ ਦਾ ਨੰਬਰ ਵੀ ਦੱਸਿਆ ਹੈਗਾ, ਕਿਤਾਬ ਲਿਖੀ ਹੈ ਪੂਨੀਆਂ ਨੇ ਅਤੇ ਨਾਂ ਵੀ ਜਨਤਕ ਕੀਤੇ ਹੈਗੇ, ਅਤੇ 22 ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਸਾਈਨ ਵੀ ਕੀਤੇ ਹੈਗੇ ਜਿਹੜੇ ਏਜੰਸੀ ਨਾਲ ਮੀਟਿੰਗਾਂ ਕਰਦੇ ਸੀਗੇ ਇਹ। ਇੱਥੇ ਆ ਕੇ ਤਾਂ ਕਹਿੰਦੇ ਕਿ ਯਾਰ ਅਸੀਂ ਜਿੱਤ ਗਏ, ਨਾਰਾ ਲਾਇਆ ਨਾ ਉਹਨਾਂ ਨੇ, ਗ੍ਰਾਹਾਂ ਨੇ ਨਾਰਾ ਲਾਇਆ ਸੀਗਾ ਅਤੇ ਰਾਜਾਂ ਨੇ ਜਦੋਂ ਧਰਨੇ ਉਹ ਪਿੰਡ ਪੰਜਾਬ 'ਚ ਆਉਂਦੇ ਹੈਗੇ, ਅਸੀਂ ਦਿੱਲੀ ਮੋਰਚਾ ਜਿੱਤੇ, ਦਿੱਲੀ ਮੋਰਚਾ ਜਿੱਤੇ, ਜੇ ਜਿੱਤੇ ਤਾਂ ਫਿਰ ਇੱਥੇ ਕਿਉਂ ਆਏ, ਉਹੀ ਮੰਗਾਂ ਹੈਗੀਆਂ ਇਹ। ਬਾਈ ਜਿਹੜੇ ਹੈਗੇ ਨਾ ਜਿਹੜੇ ਹੁਣ ਨਹੀਂ ਆਉਂਦੇ, ਗ੍ਰਾਹਾਂ ਨਹੀਂ ਆਉਂਦਾ ਜਾਂ ਰਾਜਿਆਂ ਨੇ ਨਹੀਂ ਆਉਂਦਾ, ਬੂਟਾ ਹੋਣੀ ਆਉਂਦਾ, ਰੁਲਦੂ ਨਹੀਂ ਆਉਂਦਾ, ਰੁਲਦੂ ਤਾਂ ਕਹਿੰਦਾ ਬਾਈ ਯਾਰ ਕਹਿੰਦਾ ਸਾਡੇ ਕੋਲ ਰਾਸ਼ਨ ਸੀਗਾ, 1,95,000 ਰੁਪਇਆ ਬਚੇ ਸਾਡੇ ਕੋਲ ਰਾਸ਼ਨ ਦਾ, ਅਸੀਂ ਉਹਨੂੰ ਕਿਹੜਾ ਲੱਖੋਵਾਲ ਨੂੰ ਗੱਡੀ ਲੈ ਕੇ ਦਿੱਤੀ, ਰਾਸ਼ਨ ਵੇਚ ਕੇ ਤਾਂ ਇਹ ਗੱਡੀਆਂ ਲੈਂਦੇ ਯਾਰ ਇਹ ਦੂਜੇ ਜੂਨੀਅਰ ਵਾਲੇ, ਤਾਂ ਹੀ ਉਹ ਇੱਥੇ ਆਉਂਦੇ ਡਰਦੇ ਆ ਮੋਦੀ ਤੋਂ। ਅਤੇ ਇੱਕ ਮੈਂ ਖਬਰ 3,000 ਕਰੋੜ 300 ਕਰੋੜ ਰੁਪਏ ਲਿੱਤਾ ਇਹਨਾਂ ਨੇ ਮਿਲਦਾ, 3 ਕਰੋੜ ਰੁਪਇਆ ਇਹ ਜਥੇਬੰਦੀ ਨੇ, ਹੁਣ ਕਿਉਂ ਨਹੀਂ ਆਉਂਦੇ, ਹੁਣ ਪਤਾ ਵੀ ਮੋਦੀ 'ਚ ਗਲਾਵਾਂ ਫੜ ਲੂ ਵੀ ਤੁਹਾਨੂੰ ਤਾਂ ਇੰਨੇ ਪੈਸੇ ਦਿੱਤੇ ਦੁਬਾਰੇ ਤੁਸੀਂ ਫੇਰ ਆ ਗਏ, ਇਹ ਤਾਂ ਨਹੀਂ ਆਉਂਦੇ ਵੀ ਅੰਦਰਲੀਆਂ ਗੱਲਾਂ ਇਹਨਾਂ ਦੀਆਂ ਜਿਹੜੀਆਂ ਨਾ ਉਹ ਅੰਦਰਲੀਆਂ ਗੱਲਾਂ ਜਨਤਕ ਹੋਣੀਆਂ ਚਾਹੀਦੀਆਂ ਯਾਰ। ਅਸੀਂ ਡੱਲੇ ਵਾਲੇ ਸਾਹਿਬ ਨੂੰ ਵੀ ਕਹਿੰਦੇ ਹੈਗੇ ਅਤੇ ਫੂਲ ਨੂੰ ਵੀ ਕਹਿੰਦੇ ਹੈਗੇ ਅਤੇ ਹੋਰ ਵੀ ਕਹਿੰਦੇ ਜਥੇਬੰਦੀਆਂ ਨੂੰ ਵੀ ਜਿਹੜੀਆਂ ਇਹਨਾਂ ਦੀਆਂ ਅੰਦਰਲੀਆਂ ਗੱਲਾਂ ਆਗੀਆਂ ਉਹ ਲੋਕਾਂ ਨੂੰ ਜਨਤਕ ਕਰੋ, ਲੋਕਾਂ ਨੂੰ ਦੱਸੋ, ਕਿਉਂਕਿ ਪੰਜਾਬ ਦੇ ਵਿੱਚ ਗਦਾਰ ਬਹੁਤ ਹੋਏ ਨੇ, ਇਹ ਪੰਜਾਬ ਸਿੱਖ ਕੌਮ ਮਰਨ ਵਾਲੀ ਹੈ ਨਹੀਂ ਗੀ ਜੇ ਗਦਾਰ ਨਾ ਹੋਣ, ਗਦਾਰ ਹੀ ਮਾਰਦੇ ਆ। ਅੱਜ ਬੀਬੀਆਂ ਬਹੁਤ ਗਿਣਤੀ ਦੇ ਵਿੱਚ ਆਈਆਂ ਅਤੇ ਨੌਜਵਾਨਾਂ ਨੂੰ ਸੁਨੇਹਾ ਦਿਓ, ਨੌਜਵਾਨ ਘੱਟ ਨੌਜਵਾਨ ਨੂੰ ਅਪੀਲ ਹੀ ਕਰ ਦਿਆਂਗੇ, ਨੌਜਵਾਨ ਬਾਈ ਯਾਰ ਪਤਾ ਕੀ ਗੱਲ ਹੈਗਾ, ਨੌਜਵਾਨ ਦਾ ਜੋਸ਼ ਬਹੁਤ ਹੈਗਾ, ਉਹ ਜਦੋਂ ਹੁਣ ਤੁਸੀਂ ਐਲਾਨ ਕਰ ਦਿਓ ਇੱਕ ਮਿੰਟ ਜਥੇਬੰਦੀ ਨੂੰ ਐਲਾਨ ਕਰ ਦਿਓ ਵੀ ਕੱਲ੍ਹ ਨੂੰ ਬਾਰਡਰ ਤੋੜਨੇ ਹੈਗੇ, ਅੱਜ ਰਾਤ ਨੂੰ ਨੌਜਵਾਨ ਇੱਥੇ 1,000 ਦੀ ਗਿਣਤੀ 'ਚ ਆਜੂਗਾ, ਕਿਉਂ ਉਹਦਾ ਜਦੋਂ ਤੋੜਨਾ ਹੀ ਹੁੰਦਾ ਚੀਜ਼ ਉਹਦੀ ਆਉਂਦੇ ਹੈਗੇ। ਆਪਾਂ ਨੌਜਵਾਨ ਨੂੰ ਉਹੀ ਅਪੀਲ ਕਰਦੇ ਹਾਂ ਵੀ ਤੁਸੀਂ ਆਇਆ ਕਰੋ ਇੱਥੇ ਮੋਰਚੇ 'ਚ ਬੈਠਿਆ ਕਰੋ ਅਤੇ
ਥੋੜ੍ਹੀ ਮਤੀ ਸਮਝ ਰੱਖਿਆ ਕਰੋ ਧਰਨੇ ਬਾਰੇ, ਥੋੜ੍ਹਾ ਗਿਆਨ ਵੀ ਜ਼ਰੂਰੀ ਹੈ ਵੀ ਕੀ ਆਪਣੇ ਪੰਜਾਬ ਨਾਲ ਹੋ ਰਿਹਾ ਹੈਗਾ, ਕਿਵੇਂ ਧੱਕਾ ਹੋ ਰਿਹਾ ਹੈ, ਕਿਹੜੀਆਂ ਫਸਲਾਂ ਦਾ ਮੁੱਲ ਚਾਹੀਦਾ ਹੈਗਾ। ਇਹ ਨੌਜਵਾਨ ਨੂੰ ਅਪੀਲ ਹੀ ਕਰਦਾ ਵੀ ਤੁਸੀਂ ਇੱਥੇ ਆਓ, ਤੁਹਾਡੀ ਬਹੁਤ ਲੋੜ ਹੈਗੀ। ਇਹ ਬਜ਼ੁਰਗਾਂ ਦੇ ਨਾਲ ਮੋਢੇ ਨਾਲ ਮੋਢਾ ਲੱਗ ਕੇ ਤੁਰੋ ਤੁਸੀਂ, ਊਂ ਵੀ ਆਉਂਦੇ ਜ਼ਰੂਰ ਹੈ। ਜੋ ਦੀਪ ਸਿੱਧੂ ਆਇਆ ਸੀ ਕਿੰਨਾ ਇਕੱਠ ਹੋਇਆ ਜੀ ਬਈ ਯਾਰ, ਹੁਣ ਉਹ ਹੈਗਾ ਰਜਿੰਦਰ ਦੀਪ ਸਿੰਘ ਵਾਲਾ, ਉਹ ਗਦਾਰ ਕਹਿੰਦਾ ਰਿਹਾ, ਗਦਾਰ ਆ ਦੀਪ ਸਿੱਧੂ, ਗਦਾਰ ਹੈਗਾ, ਹਾਂ ਸੇਰੋਂ ਵਾਲਾ ਮੱਟ ਕਹਿੰਦਾ ਰਿਹਾ, ਉਹਦੇ ਨਾਲ ਗਾਇਕ ਜਿਹੇ ਬੈਠੇ ਰਹਿੰਦੇ ਹੈਗੇ, ਕਈ ਸੀ ਹਾਂ ਉਹ ਗਦਾਰ। ਹੁਣ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਗਦਾਰ ਤੁਸੀਂ ਉਹ ਕੋਲ ਸੀਗਾ, ਉਹਦੀਆਂ ਦੇ ਅੱਜ ਫੋਟੋਆਂ ਲੱਗਦੀਆਂ ਵੀ ਉਹਦਾ ਸ਼ਹੀਦ ਹੋ ਗਿਆ, ਨੌਜਵਾਨ ਦਿਲ 'ਚ ਵੱਸਦਾ ਉਹ, ਅਤੇ ਉਹਨਾਂ ਨੂੰ ਪੁੱਛਦਾ ਕੋਈ ਅੱਜ? ਬਿਲਕੁਲ, ਗਦਾਰੀਆਂ ਉਹਨਾਂ ਨੇ ਕੀਤੀਆਂ, ਇਹ ਉਹਨਾਂ ਨੂੰ ਪਤਾ ਸੀ। ਇਹ ਜਿਹੜੇ ਘੜਾਮ ਚੌਧਰੀ ਹੁੰਦੇ ਨਾ, ਇਹ ਨੌਜਵਾਨ ਨੂੰ ਮੂਹਰੇ ਅੱਗੇ ਆਉਣ ਨਹੀਂ ਦਿੰਦੇ, ਜਿਵੇਂ ਦੀਪ ਰਜਿੰਦਰ ਸਿੰਘ ਵਾਲਾ, ਦੀਪ ਸਿੰਘ ਵਾਲਾ ਹੋ ਗਿਆ ਜਾਂ ਹੋਰ ਹੋ ਗਿਆ, ਇਹ ਥੋੜ੍ਹਾ ਜਿਹੜਾ ਗਲਤ ਚੱਲਦੇ ਸੀਗੇ। ਅੱਜ ਦੀਪ ਸਿੱਧੂ ਤਾਂ ਦਿਲਾਂ 'ਚ ਵੱਸਦਾ ਬਈ ਨੌਜਵਾਨਾਂ ਦੇ, ਉਹ ਕਹਿੰਦਾ ਰਿਹਾ ਹੈਗਾ ਵੀ ਤੁਸੀਂ 15 ਦਿਨ ਨਾ ਉੱਠੋ, ਬੈਠੇ ਰਹੋ ਬੈਠੇ ਰਹੋ। ਇਹ ਮੁੱਖ ਮੰਤਰੀ ਬਣਦੇ ਫਿਰਦੇ ਸੀਗੇ, ਅਸੀਂ ਮੁੱਖ ਮੰਤਰੀ ਬਣ ਜਾਵਾਂਗੇ, ਅਤੇ ਵੋਟਾਂ ਕਿੰਨੀਆਂ ਪਈਆਂ? 9 ਹੀ ਪਈਆਂ ਵੋਟਾਂ ਇਹਨਾਂ ਨੂੰ, ਜਮਾਨਤਾਂ ਜ਼ਬਤ ਹੋ ਗਈਆਂ ਇਹਨਾਂ ਦੀਆਂ, ਆਹ ਰਾਜਿਆਣਾ ਹੋ ਗਿਆ ਜਾਂ ਹੋਰ ਹੋ ਗਿਆ, ਆਹ ਹੁਣ ਕਿਉਂ ਨਹੀਂ ਆਉਂਦੇ ਇੱਥੇ? ਸਾਰੇ ਉਦੋਂ ਇਹ ਧਰਨੇ 'ਚ ਵਿਕੇ ਹੋਏ ਬੰਦੇ ਹੈ। ਪਾਪਾ ਦਾ ਨੌਜਵਾਨ ਨੂੰ ਅਪੀਲ ਕਰਦਾ ਵੀ ਤੁਸੀਂ ਵੱਧ ਚੜ ਕੇ ਇੱਥੇ ਆਓ ਅਤੇ ਆਪਣੇ ਬਜ਼ੁਰਗਾਂ ਦਾ ਸਾਥ ਦਿਓ। ਤੁਸੀਂ ਕੀ ਕਹਿਣਾ ਚਾਹੋਗੇ ਜੀ ਨੌਜਵਾਨਾਂ ਨੂੰ? ਜੀ ਨੌਜਵਾਨਾਂ ਦਾ ਵੀਰ ਇਹੀ ਅਪੀਲ ਹੈ ਵੀ ਦੇਖੋ, ਜਿੰਨੇ ਵੱਧ ਚੜ ਕੇ ਆਉਣਗੇ ਨੌਜਵਾਨ ਇੱਥੇ, ਫਰਜ਼ ਕੀਤਾ ਦਿਖਣਗੇ, ਤਾਂ ਉਹਨਾਂ ਨੂੰ ਮਤਲਬ ਵੱਧ ਚੜ ਕੇ ਆਉਣਾ ਚਾਹੀਦਾ। ਇਹ ਬਜ਼ੁਰਗ ਸਾਰੇ ਇਹੀ ਕਹਿ ਰਹੇ ਨੇ ਨੌਜਵਾਨਾਂ ਨੂੰ ਕਿ ਵੱਧ ਚੜ ਕੇ ਧਰਨੇ ਦੇ ਵਿੱਚ ਹਿੱਸਾ ਪਾਓ, ਇੱਥੇ ਆਓ, ਦੇਖੋ ਆਪਣਾ ਕੀ ਨੌਜਵਾਨੀ ਕੀ ਅੱਗੇ ਜੇ ਦੇਖੂਗੀ ਤਾਂ ਹੀ ਧਰਨਿਆਂ ਬਾਰੇ ਪਤਾ ਲੱਗੂਗਾ, ਤਾਂ ਹੀ ਸੰਘਰਸ਼ ਜਿੱਤੇ ਜਾਣਗੇ। ਧੰਨਵਾਦ।